नमस्कार, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਆਈਜੀ ਰੇਂਜਰ ਰੋਪੜ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪੁਲਿਸ ਲਾਈਨ ਦੇ ਟੀ ਪੁਆਇੰਟ ਅਤੇ ਹੋਰ 14 ਵੱਖ-ਵੱਖ ਥਾਵਾਂ ਉੱਤੇ ਲਗਾਏ ਗਏ ਨਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਆਈਜੀ ਰੇਂਜਰ ਰੋਪੜ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਦੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਰੋਪੜ ਪੁਲਿਸ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਉੱਤੇ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਚੈਕਿੰਗ ਅਤੇ ਨਾਕਾਬੰਦੀ ਦਾ ਮੁੱਖ ਉਦੇਸ਼ ਆਮ ਲੋਕਾਂ ਲਈ ਸੁਖਾਵਾਂ ਮਾਹੌਲ, ਲੋਕਾਂ ਦੇ ਵਿੱਚ ਸਹੀ ਸੋਚ ਅਤੇ ਸਾਰੂ ਵਿਸ਼ਵਾਸ ਪੈਦਾ ਕਰਨਾ ਹੈ ਅਤੇ ਨਾਲ ਹੀ ਸ਼ਰਾਰਤੀ ਅਨਸਰਾਂ ਉੱਤੇ ਨਕੇਲ ਕੱਸਣਾ ਅਤੇ ਕਾਬੂ ਕਰਨ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਕਿ ਅਪਰਾਧਿਕ ਸੋਚ ਵਾਲੇ ਗੈਰ ਸਮਾਜਿਕ ਤੱਤਾਂ ਵਾਲੇ ਕਿਸੇ ਅਨਸੁਖਾਮੀ ਘਟਨਾ ਨੂੰ ਅੰਜਾਮ ਨਾ ਦੇ ਸਕਣ। ਫਲੈਗ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਸਰਦਾਰ ਭੁੱਲਰ ਵੱਲੋਂ ਮੌਜੂਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਕਿ ਜ਼ਿਲ੍ਹਾ ਰੋਪੜ ਦੇ ਵਿੱਚ ਹਰ ਪੱਧਰ ਉੱਤੇ ਇਲਾਕਾ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਮਾਹੌਲ ਪ੍ਰਦਾਨ ਕਰਨਾ ਤੁਹਾਡੀ ਪਹਿਲੀ ਜ਼ਿੰਮੇਵਾਰੀ ਹੈ, ਜਿਸ ਲਈ ਆਪ ਸਭ ਵੱਲੋਂ ਆਪਣੀ ਡਿਊਟੀ ਨਿਰਪੱਖਤਾ ਅਤੇ ਨਿਡਰਤਾ ਨਾਲ ਨਿਭਾਈ ਜਾਵੇ। ਉਹਨਾਂ ਨੇ ਕਿਹਾ ਕਿ ਤੁਸੀਂ ਸਮਾਜ ਦੇ ਵਿੱਚ ਸਿੱਧੇ ਤੌਰ ਉੱਤੇ ਵਿਚਰਦੇ ਹੋ, ਜਿਸ ਕਰਕੇ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੈ, ਜਿਸ ਉਪਰੰਤ ਲੋਕਾਂ ਦੇ ਆਮ ਮਸਲਿਆਂ ਤੋਂ ਲੈ ਕੇ ਗੰਭੀਰ ਮਸਲੇ ਤੱਕ ਹੱਲ ਕਰਨਾ ਤੁਹਾਡੀ ਡਿਊਟੀ ਹੈ। ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਜਾ ਰਹੀ ਆ ਤੇ ਜੇਕਰ ਰੇਂਜ ਦੀ ਗੱਲ ਕੀਤੀ ਜਾਵੇ ਕਿੰਨੇ ਨਾਕੇ ਲਗਾਏ ਗਏ ਨੇ? ਦੇਖੋ, ਸਾਡੇ ਤੇ ਮਾਨਯੋਗ ਸੀਐਮ ਸਾਹਿਬ ਪੰਜਾਬ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੇਨਲੀ ਐਂਟੀ ਸੋਸ਼ਲ ਤੇ ਕ੍ਰਿਮੀਨਲ ਐਲੀਮੈਂਟਸ ਔਰ ਡਰੱਗਸ ਦੇ ਖਿਲਾਫ ਸਪੈਸ਼ਲ ਮੁਹਿੰਮ ਛੇੜੀ ਹੋਈ ਹੈ। ਉਸੇ ਦੇ ਤਹਿਤ ਸਾਡੇ ਮਾਨਯੋਗ ਡੀ ਜੀ ਸਾਹਿਬ ਵੱਲੋਂ ਇੱਕ ਓਪਰੇਸ਼ਨ ਵਿਜਿਲ ਚਲਾਇਆ ਜਾ ਰਿਹਾ ਸਾਰੇ ਸਟੇਟ ਦੇ ਵਿੱਚ, ਅੱਜ ਸਵੇਰ ਤੋਂ ਕੱਲ੍ਹ ਸ਼ਾਮ ਦੇ 7 ਵਜੇ ਤੱਕ। ਉਹਦੇ 'ਚ ਅਸੀਂ ਬੇਸਿਕਲੀ ਇਹੀ ਪਲਾਨ ਕੀਤਾ ਸਾਰੇ ਡਿਸਟ੍ਰਿਕਟਸ ਦੇ ਵਿੱਚ ਔਰ ਰੇਂਜ ਦੇ ਵਿੱਚ ਵੀ ਕਿ ਜਿੰਨੇ ਵੀ ਕਰਾਊਡਡ ਪਲੇਸਿਸ ਆ ਉਹਨਾਂ ਨੂੰ ਅਸੀਂ ਕੋਡਨ ਸਰਚ ਕਰੀਏ, ਐਂਟੀ ਸਬੋਟਾਜ ਚੈੱਕ ਹੋਵੇ, ਜਿਹੜੇ ਕੋਈ ਸ਼ਰਾਰਤੀ ਐਂਟੀ ਸੋਸ਼ਲ ਐਲੀਮੈਂਟਸ ਨੇ, ਕੋਈ ਬੇਲ ਆਊਟ ਆਏ ਹੈ ਕੋਈ ਸੈਂਸਿਟਿਵ ਕੇਸਿਸ ਦੇ ਵਿੱਚ, ਉਹਨਾਂ ਦੇ ਉੱਤੇ ਸਰਵੇਲੈਂਸ ਵਧਾਈ ਜਾਵੇ ਔਰ ਰਿਲੀਜੀਅਸ ਪਲੇਸਿਸ ਦੀ ਸਿਕਿਉਰਿਟੀ ਵੀ ਰਿਵਿਊ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜਾ ਵੀ ਕੋਈ ਸਵੇਰੇ ਜਿਵੇਂ ਸੈਰ ਕਰਨ ਵਾਲੀ ਜਗ੍ਹਾ ਜਾਂ ਕੋਈ ਹੋਰ ਹੈ, ਪੁਲਿਸ ਦੀ ਵੱਧ ਤੋਂ ਵੱਧ ਵਿਜ਼ੀਬਿਲਿਟੀ ਹੋਵੇ ਔਰ ਸਪੈਸ਼ਲ ਨਾਕਾਬੰਦੀ ਕਰਕੇ ਹਰ ਤਰ੍ਹਾਂ ਦਾ ਵਹੀਕਲ ਚੈੱਕ ਕੀਤਾ ਜਾਵੇ, ਸੋ ਦੈਟ ਇੱਕ ਜਿਹੜਾ ਪੁਲਿਸ ਦਾ ਪ੍ਰਵੈਂਟਿਵ ਅਤੇ ਡਿਟੈਕਟਿਵ ਐਕਸ਼ਨ ਦੋਨੋਂ ਇਕੱਠੇ ਚੱਲਣ। ਇਹਦੇ ਨਾਲ ਰੋਕਣ ਦੇ ਨਾਲ ਪ੍ਰਵੈਂਸ਼ਨ ਵੀ ਹੁੰਦੀ ਹੈ ਜਦੋਂ ਪੁਲਿਸ ਦੀ ਵਿਜ਼ੀਬਿਲਿਟੀ ਹੈ ਔਰ ਡਿਊਰਿੰਗ ਜਦੋਂ ਇਹੋ ਜਿਹੇ ਓਪਰੇਸ਼ਨ ਚੱਲਦੇ ਆ ਉਹਨੂੰ ਕੋਈ ਸੀਜ਼ਰ ਹੋ ਜਾਂਦੇ ਆ ਸਾਡੀ ਰਿਕਵਰੀ ਹੁੰਦੀ ਹੈ। ਤੋ ਦੋਨੇ ਐਸਪੈਕਟਸ ਨੇ ਔਰ ਲੋਕਾਂ ਦੇ ਵਿੱਚ ਕੌਨਫੀਡੈਂਸ ਆਵੇ ਕਿ ਪੁਲਿਸ ਸਾਡੇ ਨਾਲ ਖੜੀ ਹੈ ਔਰ ਅੱਜ ਦੀ ਰਾਤ ਦੀ ਵੀ ਨਾਈਟ ਡੋਮੀਨੇਸ਼ਨ ਦਾ ਪਲਾਨ ਕੀਤਾ ਗਿਆ। ਜਿਹੜੀ ਕਿ ਰੂਪਨਗਰ ਬਾਈਪਾਸ 'ਤੇ ਜਿਹੜੀ ਨਾਕਾਬੰਦੀ ਹੈ, ਜਿੱਦਾਂ ਇਹ ਮੇਨ ਜਲੰਧਰ ਨੂੰ ਜੇਕਰ ਦੇਖਿਆ ਜਾਵੇ ਤਾਂ ਜਾਂਦਾ ਮੇਨ ਹਾਈਵੇ ਹੈ, ਕਿਸ ਤਰ੍ਹਾਂ ਦੀ ਇਸ 'ਤੇ ਖਾਸ ਚੈਕਿੰਗ ਹੈ ਜੀ? ਦੇਖੋ, ਇੱਥੇ ਅਸੀਂ ਆਪ ਖੜੇ ਹਾਂ, SSP ਸਾਹਿਬ ਨੇ, ਇਹਨਾਂ ਦੀ ਟੀਮ ਨੇ ਸਾਰੀ ਬੜੀ ਮਿਹਨਤ ਕਰ ਰਹੀ ਹੈ ਇਹਨਾਂ ਦੇ ਦਿਸ਼ਾ ਨਿਰਦੇਸ਼ ਔਰ ਇਹਦਾ ਮੇਨ ਇੰਪੈਕਟ ਇਹੀ ਹੈ ਕਿ ਸਸਪੀਸ਼ੀਅਸ ਬੰਦਾ ਕੋਈ ਫੜਿਆ ਜਾਵੇ, ਕਿਉਂਕਿ ਜਿਹੜਾ ਇਹ ਰੋਡ ਹੈ ਇਹ ਇੱਕ ਮੇਨ ਹਾਈਵੇ ਹੈ ਜਿਹੜਾ ਪੰਜਾਬ ਨੂੰ ਲੀਡ ਕਰਦਾ ਅਪ ਟੂ ਪਠਾਨਕੋਟ ਔਰ ਅੰਮ੍ਰਿਤਸਰ ਜਾਣਾ, ਜਲੰਧਰ ਜਾਣਾ, ਫਗਵਾੜਾ, ਸਾਰਾ ਇਹ ਮੇਨ ਜਿਹੜਾ ਐਕਸਿਸ ਇਹੀ ਹੈ। ਉਸੇ ਦੇ ਉੱਤੇ ਅਸੀਂ ਦੇ ਰਹੇ ਔਰ ਇਸ ਤੋਂ ਬਾਅਦ ਆਪਾਂ ਫਲੈਗ ਮਾਰਚ ਵੀ ਅਸੀਂ ਪਲੈਨ ਕਰਾਂਗੇ ਔਰ ਇਸੇ ਲੜੀ ਦੇ ਵਿੱਚ ਜਿਹੜਾ ਅਸੀਂ ਰਿਲੀਜੀਅਸ ਪਲੇਸਿਸ ਜਾਂ ਹੋਰ ਪਲੇਸਿਸ ਨੇ ਉਹਨਾਂ ਦੀ ਵੀ ਸਿਕਿਉਰਿਟੀ ਜਿਹੜੀ ਹੈ ਔਰ ਜਿਹੜੇ ਸਾਡੇ ਥਰੈਟਨ ਪਰਸਨ ਉਹਨਾਂ ਦੀ ਸਿਕਿਉਰਿਟੀ ਵੀ ਰਿਵਿਊ ਕਰਾਂ। ਸਰ, ਪੁਲਿਸ ਸਟੇਸ਼ਨ ਜੇਕਰ ਗੱਲ ਕੀਤੀ ਜਾਵੇ, ਜਿਹੜੀ ਪੁਲਿਸ ਆ ਸਾਦੀ ਵਰਦੀ ਦੇ ਵਿੱਚ ਵੀ ਰੇਲਵੇ ਸਟੇਸ਼ਨ 'ਤੇ ਜਾਂ ਬੱਸ ਅੱਡਿਆਂ ਦੇ ਉੱਤੇ ਤੈਨਾਤ ਆ, ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਇਸ ਵਾਰ? ਦੇਖੋ, ਸਾਡੇ ਜਿਹੜੇ ਸਾਦੀ ਵਰਦੀ ਵਾਲਾ ਪੁਲਿਸ ਵਾਲੇ ਹੁੰਦੇ ਉਹ ਸਾਨੂੰ ਇਨਪੁੱਟ ਦੇਣ ਵਾਸਤੇ ਸਰਵੇਲੈਂਸ ਵਾਸਤੇ ਹੈ ਔਰ ਜਦੋਂ ਕੋਈ ਇਹੋ ਜਿਹੀ ਇਨਫੋਰਮੇਸ਼ਨ ਆਏਗੀ ਤਾਂ ਯੂਨੀਫਾਰਮ ਜਿਹੜਾ ਕੰਪੋਨੈਂਟ ਆ ਉਹ ਜਾ ਕੇ ਉੱਥੇ ਉਹਨਾਂ ਨੂੰ ਜਿਹੜਾ ਐਕਸ਼ਨ ਕਰਨ ਦੀ ਲੋੜ ਹੈ ਜਾਂ ਕੋਈ ਲੀਗਲ ਐਕਸ਼ਨ ਬਣਦਾ ਜਾਂ ਕਿਸੇ ਤਰੀਕੇ ਦੀ ਵੀ ਚੈਕਿੰਗ ਆ ਉਹ ਨਾਲ ਕਰਨੀ। ਥੈਂਕ ਯੂ ਸਰ। ਓਕੇ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਤੁਹਾਡੇ ਆਪਣੇ ਸ਼ਹਿਰ ਨੰਗਲ ਦੇ ਵਿੱਚ ਅਮੋਲ ਕਾਲੀਆ ਪਾਰਕ ਦੇ ਲਾਗੇ ਆਰ ਕੇ ਹਸਪਤਾਲ ਦੇ ਵਿੱਚ 24 ਘੰਟੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਦੇ ਵਿੱਚ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਵਿੱਚ ਮੈਡੀਸਨ ਓਪੀਡੀ, ਗਾਇਨੀ ਓਪੀਡੀ, ਬੇਔਲਾਦ ਜੋੜਿਆਂ ਦੇ ਲਈ ਸ਼ਰਤੀਆ ਇਲਾਜ, ਨੋਰਮਲ ਅਤੇ ਸਿਜੇਰੀਅਨ ਡਿਲੀਵਰੀ ਅਤੇ ਹਰ ਤਰ੍ਹਾਂ ਦੇ ਆਪਰੇਸ਼ਨ ਦੂਰਬੀਨ ਦੇ ਮਾਧਿਅਮ ਨਾਲ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਾਰੇ ਤਰ੍ਹਾਂ ਦੇ ਹੈਲਥ ਕਾਰਡ ਵੀ ਇੱਥੇ ਚੱਲਦੇ ਹਨ। ਸਭ ਤੋਂ ਵੱਡੀ ਗੱਲ, ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਅਤੇ ਦਾਖਲੇ ਦੇ ਲਈ 0% ਇੰਟਰਸਟ ਰੇਟ ਉੱਤੇ ਲੋਨ ਵੀ ਉਪਲਬਧ ਕਰਵਾਇਆ ਜਾਂਦਾ ਹੈ।
24 घंटे की सुविधा के नाल हस्पताल दे विच फार्मेसी अते लैबोरेटरी भी मौजूद हैं।